ਗਾਇਜ਼, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਟੂ ਮਾਈ ਨਿਊ ਵਲੌਗ। ਅਜੇ ਤਾਂ ਸਾਰੀਆਂ ਦੀਆਂ ਸ਼ੈਤਾਨੀਆਂ ਚੱਲਦੀਆਂ ਪਈਆਂ ਨੇ। ਉਹ ਭੱਜ ਗਏ। ਕਿਰਤ ਕਿੱਥੇ ਗਿਆ? ਰੁੱਸਾ ਬੈਠਾ ਉਹ ਤਾਂ। ਅਤੇ ਮੈਂ ਅੱਜ ਛੁੱਟੀ ਕਰ ਲਈ ਕਿਉਂਕਿ ਸਾਰੇ ਤਾਂ ਨਿਕਲ ਜਾਂਦਾ ਹੈ, ਨਹੀਂ ਤਾਂ ਚਲੇ ਜਾਣਗੇ ਉਹ। ਆ ਸੰਜੋਗ ਮੇਰਾ ਭਰਾ ਚਲਾ ਜੂਗਾ ਅੱਜ, ਅਤੇ ਕਿਰਤ ਵੀ ਚਲਾ ਜੂਗਾ। ਭਰਾ ਤਾਂ ਇੱਕ ਦਿਨ ਰਹਿਣਗੇ, ਫਿਰ ਚਲੇ ਜਾਣਗੇ। ਕਿਰਤ ਹੈ ਕਿੱਥੇ? ਉਹ ਤਾਂ ਉਹਨੂੰ ਫੋਨ ਨੇ ਮਿਲਣਾ, ਤਾਂ ਡੈਡੀ ਨੇ ਡਾਂਟਤਾ ਉਹਨੂੰ, ਪਤਾ ਨਹੀਂ ਕਿੱਥੇ ਹੈ ਹੁਣ ਉਹ। ਕਿਰਤ ਰੁੱਸਾ ਬੈਠਾ ਹੈ, ਰੁੱਸਾ ਬੈਠਾ ਕਿਰਤ। ਅੜ ਜਾ, ਦੇਖ ਲਈਏ, ਰੁੱਸਦੇ ਨਹੀਂ ਹੁੰਦੇ। ਫੋਨ ਦਾ ਹੀ ਕੰਮ ਹੈ ਕਿਰਤ ਨੂੰ ਤਾਂ, ਹਨਾ? ਫੋਨ ਦਾ ਹੀ ਕੰਮ ਹੈ ਕਿਰਤ ਨੂੰ ਤਾਂ। ਆਪਣੀ ਮਹਿੰਦੀ ਦਿਖਾਓ ਕਿਵੇਂ ਚੜੀ ਹੈ। ਓਏ ਹੋਏ, ਮੇਰੇ ਤੋਂ ਬਾਅਦ ਕੋਈ ਨਹੀਂ ਲਾ ਸਕਦਾ। ਪਹਿਲੀ ਗੱਲ ਤਾਂ ਹਰਮਨ ਨੇ ਕਿਹੜੀ ਲਾਈ ਸੀ? ਚਿੜੀਆਂ ਬਣਾਈਆਂ, ਚਿੜਾ ਬਣਾਇਆ, ਇੱਕ ਚਿੜੀ ਬਣਾਈ। ਹਾਂਜੀ, ਹੁਣ ਅਸੀਂ ਇੰਨੀ ਗਰਮੀ ਵਿੱਚ ਧੁੱਪ 'ਚ ਆ ਗਏ। ਗੁਲਹਿਰੀ ਸਵੇਰੇ ਨਾ ਗੁਲਹਿਰੀ ਚੀਂ ਚੀਂ ਕਰਦੀ ਪਈ ਸੀ। ਹੁਣ ਗਲਤੀ ਨਾਲ ਨਾ ਮੈਂ ਚਿੜੀਆਂ ਬੋਲਤਾ ਸੀਗਾ, ਕੀ ਹੋ ਗਿਆ? ਇਹਨੂੰ ਨਾ ਛੱਡੋ, ਕਿਲ ਲੱਗਿਆ ਇਹਨੇ ਤਾਂ। ਕਿਰਤਾ ਸੰਜੋਗ ਔਰ ਸਰਵੀ ਸਵੀ ਸਾਰਿਆਂ ਦਾ ਨਾਮ ਥੋੜਾ ਸਵਰਾਜ ਦਾ ਵੱਡਾ ਹੈ। ਸਵਰਾਜ ਪ੍ਰੀਤ ਸਿੰਘ ਥੋੜਾ ਵੱਡਾ ਨਾਮ ਹੈ ਇਹ, ਇਹਦੇ ਵਾਸਤੇ ਕੋਈ ਛੋਟਾ ਹੈ ਬਹੁਤ ਜ਼ਿਆਦਾ। ਸਵਰਾਜ ਨੇ ਵਿੱਚ ਬਾਪ ਨੂੰ ਖਾਤਾ, ਬੋਲ ਨਹੀਂ ਸਕਦਾ ਸੀਗਾ, ਤੇਰੀ ਮੰਮੀ ਕੋਲ ਲੈ ਜਾਂਦੇ। ਫਿਰ ਹੁਣ ਅਸੀਂ ਥੱਲੇ ਜਾਂਦੇ ਵੀ ਹਾਂ ਇਹਦੇ ਕਰਕੇ, ਸਵੀ ਕਰਕੇ। ਸਵੀ ਨੇ ਪਿਸ਼ਾਬ ਕਰਤਾ ਵਿੱਚ ਹੀ। ਚਲੋ 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 ਚਲੀਏ। ਪੰਜਾਬੀ ਆਪਣੀ ਮਾਂ ਬੋਲੀ ਆ, ਪੰਜਾਬੀ ਬੋਲਾਂਗੇ, ਆਪਾਂ ਹਿੰਦੀ ਨਹੀਂ ਬੋਲਦੇ। ਕੋਈ ਥੋੜ੍ਹੇ ਜਿਹੇ ਇੰਗਲਿਸ਼ ਦੇ ਵਰਡ, ਕੋਈ ਹਿੰਦੀ ਦੇ ਵਰਡ, ਪਰ ਜ਼ਿਆਦਾ ਪੰਜਾਬੀ। ਇੰਨੇ ਥੱਲੇ ਪੌਦੇ ਰੱਖ ਕੇ ਚਲੋ ਚੱਲਦੇ ਹਾਂ। ਜਲਦੀ ਆ ਥੱਲੇ। ਵੀਰੇ ਨੇ ਇੱਥੇ ਪੌਦੇ ਚੱਕ ਕੇ ਰੱਖਤੇ, ਆਹ ਪਹਿਲ ਦੇ ਰੱਖੇ ਹੋਏ ਸੀ, ਆਹ ਚੱਕ ਕੇ ਰੱਖਤੇ। ਇੱਧਰ ਇੱਕ ਹੋਰ ਫੁੱਲ ਲੱਗ ਗਿਆ, ਆਹ ਤੁਹਾਨੂੰ ਪਤਾ ਹੀ ਦਿਖਾਇਆ ਹੀ ਸੀ ਤੁਹਾਨੂੰ ਮੈਂ, ਇਹਦਾ ਨਾਮ ਨਹੀਂ ਪਤਾ ਵੈਸੇ। ਮੈਂ ਫਿਰ ਦੀ ਵੀ ਫਿਰ ਪੈ ਜੀ ਚਾਹੀਦੀ। ਕਿਉਂ ਨੱਚਦਾ ਪਿਆ ਤੂੰ? ਕੀ ਹੋ ਗਿਆ? ਰੋਂਦਾ ਕਿਉਂ ਪਿਆ ਹੁਣ? ਕੀ ਹੋ ਗਿਆ? ਕਿਉਂ ਨੀ ਲੈਣੀ? ਮੈਂ ਵੀ ਲਵਾਂਗੀ। ਡੈਡੀ ਡਾਂਟੇ ਸੀ। ਹਾਂਜੀ ਬੇਟਾ, ਬੋਲੋ ਕੀ ਗੱਲ ਹੋਈ? ਹੋਰ ਕੌਣ ਮਾਰਦਾ ਬੇਟੇ ਨੂੰ? ਕਿਹਨੇ ਮਾਰਿਆ? ਚੱਲ ਆਪਾਂ ਚਿੱਕੀ ਲਾਵਾਂਗੇ, ਠੀਕ ਹੈ? ਤੂੰ ਮੇਰੇ ਨਾਲ ਚੱਲ ਜਾਓ, ਠੀਕ ਹੈ? ਮੈਂ ਵੀ ਚੱਲਾਂਗੀ, ਮੈਂ ਵੀ ਬਣਾ। ਡੈਡੀ ਮੈਂ ਵੀ, ਡੈਡੀ ਮੈਂ ਵੀ। ਮੇਰੇ ਕੋ ਮਾਰਦਾ ਵੀ ਹੈ, ਤੇਜ਼ੀ ਲਗਾ। ਚਲੋ ਆਜੋ ਜਲਦੀ, ਚਲੋ ਚਲੋ ਡੈਡੀ ਵੀ ਪਿੱਛੇ ਆਉਂਦੇ ਪਏ ਨੇ, ਚੀਜ਼ੀ ਲਵਾਂਗੇ। ਸਵਰਾਜ ਤਾਂ ਵੱਡਾ ਹੋ ਗਿਆ, ਵੱਡੀਆਂ ਚੱਪਲਾਂ ਪਾਊਗਾ ਨਾ ਹੁਣ, ਹੈ ਨਾ? ਸਵੀ
ਫਿਰ ਅੱਜ ਵੱਡਾ ਹੋ ਗਿਆ, ਚਲੋ ਆਪਾਂ ਦੁਕਾਨ 'ਚ ਚੱਲਦੇ ਚੀਜ਼ੀ ਲੈਣ। ਚਲੋ ਚਲੋ ਜੇ ਸਕੂਟਰੀ ਤੇਜ਼ ਚਲਾ ਲਓ, ਤੁਸੀਂ ਕੋਈ ਨਹੀਂ ਹੌਲੀ ਚਲਾਉਂਦੇ ਪਿਓ। ਹੁਣ ਅਸੀਂ ਦੁਕਾਨ 'ਤੇ ਤਾਂ ਆ ਗਏ, ਹੁਣ ਚੀਜ਼ੀ ਲਵਾਂਗੇ ਅਸੀਂ। ਹੁਣ ਪਾਦਰ ਇੱਥੋਂ ਦੀ ਅੰਦਰ ਵੜ ਜਾਓ। ਆਏ ਅੰਕਲ ਦੀ ਦੁਕਾਨ, ਸਾਰੀ ਸਾਰਾ ਕੁਛ ਹੀ ਆ ਇੱਥੇ, ਏ ਟੂ ਜ਼ੈਡ ਜਿਹੜਾ ਕੁਛ ਵੀ ਲੈਣਾ ਹੋਵੇ। ਡਿਸਾਈਡ ਹੀ ਨਹੀਂ ਕਹਿੰਦਾ ਕੀ ਲੈਣਾ, ਵੈਸੇ ਮੇਰਾ ਵੀ ਨਹੀਂ ਕਹਿੰਦਾ। ਬਹੁਤ ਜ਼ਿਆਦਾ ਚੀਜ਼ਾਂ ਪਈਆਂ ਨੇ, ਆ ਲੈ ਲੈ ਮੈਂ। ਹਰਮਨ ਦਵਾ ਦੇਖ, ਇਹਨੂੰ ਕੁਛ ਨੀ ਹੁੰਦਾ, ਕਿਹੜਾ ਲੈਣਾ ਇਹਨੇ, ਕੀ ਲੈਣਾ। ਹਾਂ ਆ ਦਵਾ ਦੇ, ਆ ਹਰੇ ਲੈਣਾ ਦਮੀ ਇਹਨੂੰ। ਆ ਮੈਂ ਵੀ ਇਹਦੇ ਨਾਲ, ਮੇਰੀ ਤਾਂ ਬਿਠਾ ਬੋਲ। ਹੁਣ ਅਸੀਂ ਚੀਜ਼ੀ ਤਾਂ ਲੈ ਲਈ, ਹੁਣ ਅਸੀਂ ਚੱਲਦੇ ਹਾਂ ਘਰੇ ਘਰੇ ਚਲੇ ਗਏ। ਚਲੋ ਆਪਾਂ ਛੱਤ ਤੇ ਜਾ ਕੇ ਤਾਂ ਨਹੀਂ ਖਾਵਾਂਗੇ, ਗਰਮੀ ਬੜੀ ਹੈ। ਹਾਂ ਗਰਮੀ ਹੈ, ਛੱਤ ਤੇ ਜਾ ਕੇ ਤਾਂ ਨਹੀਂ ਖਾਂਦੇ ਆਪਾਂ। ਚਲੋ ਫਿਰ ਨਿੰਬੂ ਹੋਰੀ ਕਿੱਥੇ ਜਾਂਦੇ ਪਏ ਨੇ, ਘੁੰਮਣ ਨਾ ਘੁੰਮਣ ਛੂਟ ਦੇਣ ਜਾਂਦੇ ਪਏ ਨੇ। ਚਲੋ ਹੋ ਗਿਆ ਹੋ ਗਿਆ, ਸਾਰਿਆਂ ਦੀ ਪਾਰਟੀ ਚੱਲਦੀ ਪਈ ਆ ਇੱਥੇ। ਦੇਖੋ ਆਹ ਦੇਖੋ, ਫਰੂਟੀ ਪਾ ਲਿਆ ਆਪਣਾ ਹਰਮਨ, ਵੀਰਾ ਬਿਸਕੁਟ ਖਾਂਦਾ ਪਿਆ, ਇੱਧਰ ਆ ਪਾਉਂਦਾ ਪਿਆ ਸਾਰਾ। ਆਹ ਦੇਖੋ ਫਰੂਟੀ ਚੀਜ਼ੀ ਦਾ ਖਾੜੀ ਹੋਣੀ, ਗੱਲਾਂ 'ਚ ਵਰਤਾਂ ਚੱਲਦੀਆਂ ਪਈਆਂ ਨੇ, ਗੱਲਾਂ ਚੱਲਦੀਆਂ ਪਈਆਂ ਦੇਖਣ ਵਾਲੀਆਂ। ਕਰੋ ਕਰੋ ਗੱਲਾਂ ਕਰੋ ਤੁਸੀਂ। ਚਲੋ ਗੱਲਾਂ ਮਾਰਦੇ ਪਏ ਨੇ, ਆਪਾਂ ਨੂੰ ਡਿਸਟਰਬ ਨਹੀਂ ਕਰਦੇ। ਹਾਂਜੀ ਹਾਂਜੀ ਹਾਂਜੀ, ਸੁਣੋ 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 ਸਾਰੇ, ਪਤਾ ਚੱਲਿਆ ਕਿ ਮੈਂ ਕੀ ਬੋਲਦੀ ਪਈ ਆ? ਹਾਂ ਦੱਸ ਕੀ 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 ਇਧਰ ਕਿਆ ਚੱਲ ਰਿਹਾ ਹੈ, ਇਧਰ ਕਿਆ ਚੱਲ ਰਿਹਾ ਹੈ, ਕੌਣ ਸਾ ਡਿਸੀਜ਼ਨ ਹੈ? ਬੜੀਆ ਸਾ ਕੀ ਬੜੀਆ ਦਾ ਡਿਸੀਜ਼ਨ ਦਾ ਮਤਲਬ ਕੀ ਹੁੰਦਾ ਪਹਿਲਾਂ ਦੱਸ। ਤਿੰਨ ਹੀ ਹੋਏ ਸੀ ਆ, ਸੰਜੋਗ ਕਿਰਤ ਸਵੀ ਕੋਈ ਨੀ। ਚੱਲ ਹਰਮਨ ਇੱਕ ਕੁਸ਼ਚਨ ਪੁੱਛਾਂ, ਆਉਂਦਾ ਹੀ ਨਹੀਂ ਕੁਸ਼ਚਨ। ਜੀ ਆ ਦੇਖੋ, ਓਏ ਲੜੋ ਜੀ, ਆ ਸਾਡੇ ਫੁੱਲ ਲੱਗ ਗਏ। ਓਏ ਵਿੱਚ ਆ ਕੇ ਆ ਗਿਆ, ਉਹ ਆ ਫੁੱਲ ਨਹੀਂ ਹੈਗਾ, ਆ ਇੰਗਲਿਸ਼ ਵਾਲਾ ਫੁੱਲ ਹੈ। ਆ ਸਾਡੇ ਫੁੱਲ, ਆ ਦੇਖੋ ਲਾਲ ਲਾਲ ਫੁੱਲ ਲੱਗ ਗਏ, ਇੱਥੇ ਪੱਤੇ ਅੱਗੇ, ਇੱਥੇ ਪਤਾ ਨਹੀਂ ਕਿਹੜਾ ਫੁੱਲ ਹੈ। ਹਾਂਜੀ ਮੰਮੀ ਦਾ ਕੰਮ ਸਟਾਰਟ ਹੋ ਗਿਆ ਹੁਣ ਪੋਚਾ ਲਾਉਣ ਦਾ। ਚਲੋ ਮੈਂ ਵੈਰੀ ਗੁੱਡ, ਪੋਚਾ ਲਾਓ ਲਾਓ ਲਾਓ, ਵੈਰੀ ਗੁੱਡ, ਬਹੁਤ ਵਧੀਆ ਕੰਮ। ਓਏ ਸਾਰਾ ਬਰਾਂਡਾ ਲਾਉਣਾ ਹੈ, ਲਾਓ ਲਾਓ, ਐਕਸਰਸਾਈਜ਼ ਹੋ ਜੂਗੀ, ਐਡਾ ਪੇਟ ਵਧੇ ਪਹਿਲਾਂ ਹੋ ਜੂਗਾ ਥੋੜ੍ਹਾ ਹੌਲਾ। ਹੋ ਗਿਆ, ਕੀ ਹੋ ਗਿਆ ਸਵੀ, ਕਿੱਥੇ ਹੋ ਗਈ ਆਈ? ਓ ਇੱਥੇ ਆਈ ਹੋ ਗਈ, ਤੇਰੀ ਮੰਮੀ ਘਰੇ ਗਈ। ਮਾਸੀ ਨੂੰ ਆਵੇਗੀ ਹੁਣ ਨਾਲ ਹੈ। ਤੂੰ ਉੱਧਰ ਉੱਧਰ ਕੀ ਕਰਨ ਜਾਂਦਾ ਸੀ ਹੈਂ? ਨਹਾਉਣ ਜਾਂਦਾ ਸੀ। ਹਾਂ ਬਾਈ ਤੂੰ ਨਹਾਏਗਾ? ਚਲੋ ਨਹਾਈ ਨਹੀਂ ਕਰੋ, ਠੀਕ ਹੈ। ਚਲੋ 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 ਚਲੋ, ਬਹੁਤ ਸਿਆਣੇ ਬੱਚੇ ਆ ਜੀ। ਹੁਣ ਬੂਆ ਜੀ ਸਾਡੇ ਵਾਸਤੇ ਪਾਰਸਲ ਆਨਲਾਈਨ ਮੰਗਵਾਈ ਸੀ। ਰੱਖੜੀ ਹੈ ਇਹਦੇ 'ਚ, ਪਤਾ ਨਹੀਂ ਕਿੰਨੀ ਮੋਟੀ ਰੱਖੜੀ ਹੈਗੀ ਹੈ। ਇਨਬੋਕਸ ਅਨਬੋਕਸ, ਚਲੋ ਦੇਖ ਚੰਗੀ ਤਰ੍ਹਾਂ ਰੱਖ ਲਓ। ਸਿਲੰਡਰ ਹੈਗਾ ਸ਼ਾਇਦ, ਚਾਹ ਲੈਣਾ
ਵਧੀਆ ਵਧੀਆ ਖੁੱਲ ਗਿਆ। ਡੈਡੀ ਦੇ ਦਾਤ ਹੀ ਠੀਕ ਨੇ। ਟੁੱਟਣ ਵਾਲੀ ਜੀ ਹੈ ਪਰ ਤੂੰ ਪਹਿਲਾਂ ਦੱਸ ਦੇ ਨਾ, ਮੈਂ ਤਾਂ ਕੰਮ ਕਰਦਾ ਨਹੀਂ। ਛੱਡ ਦੇ ਲਗਾਈ ਮੰਮੀ ਥੋੜਾ ਜਿਹਾ। ਅੱਛਾ ਕੱਪ ਰੱਖਣੀ ਵੀ ਹੈ ਨਾਲ। ਦਿਖਾਈਏ ਤੁਹਾਡਾ ਕਿਧਰ ਕੱਪ ਡੈਡੀ? ਇੱਧਰ ਵੀ ਮੇਰੇ ਕੋਲ ਰੱਖਿਆ। ਮੇਰੇ ਵਾਸਤੇ ਚਲੋ ਰੱਖੜੀਆਂ ਰੱਖੜੀਆਂ ਬੰਨੋ ਸੰਭਾਲ ਕੇ ਰੱਖੋ, ਪਰ ਲਿਆਂਦਾ ਕਿਸ ਵਾਸਤੇ ਆ? ਗਿਫਟ ਹੈ ਨਾ, ਇਹਦੇ ਚ ਕਿਹਨੇ ਰੱਖਿਆ? ਔਸਮ ਭਈਆ, ਔਸਮ ਭਈਆ, ਵਾਓ ਗਿਫਟ ਬਹੁਤ ਵਧੀਆ ਡੈਡੀ ਤੁਹਾਨੂੰ ਮੇਰੇ ਵਾਸਤੇ। ਬੜਾ ਵਧੀਆ, ਥੈਂਕ ਯੂ। ਬਸ ਗਿਫਟ ਤਾਂ ਉਹਨਾਂ ਨੂੰ ਰੱਖਣੇ ਪੈਣੇ ਆ, ਗਿਫਟ ਤਾਂ ਅਸੀਂ ਦੇਣਾ ਹੈ, ਉਹ ਸਾਡੇ ਵੱਲ ਗਿਫਟ ਨਹੀਂ ਹੈ। ਗਿਫਟ ਤਾਂ ਹੈ ਰੱਖਣੇ। ਅੱਛਾ ਰੱਖਣੀ ਹੈ, ਰੱਖਣੀ ਹੈ, ਰੱਖਣੀ ਹੈ। ਇਹਨੂੰ ਸੇਮ ਫੇਸ ਦੀ ਭਾਬੀ ਇਹਨੂੰ ਲੜਕਣਾ ਦੇ ਗਈ ਸੀ ਵਿੱਚ, ਉਹ ਲੜਕਣਾ ਦੀ ਬਣੀ ਸੀ ਨਾ ਸੇਮ ਫੇਸ। ਅੱਛਾ ਚਲੋ ਵਧੀਆ ਜੀ, ਖਾਣਾ ਤਾਂ ਸਾਡਾ ਲੱਗ ਗਿਆ ਤੇ ਇੱਥੇ ਇਹਨਾਂ ਨੂੰ ਦੇਖੋ ਸਾਰਿਆਂ ਨੂੰ ਮੋਬਾਈਲ 'ਚ ਲੱਗੇ ਹੋਏ ਸੀ। ਹੁਣ ਕਿਉਂ ਦੇ ਦੱਸੇ ਮੈਨੂੰ ਕਿ ਮੇਰਾ ਤੇ ਰਿਮੋਟ ਹੈ? ਰਿਮੋਟ ਹੈ ਮੇਰੇ ਕੀ ਫੋਨ? ਮੈਨੂੰ ਇੱਕ ਦੋ ਮਿੰਟ ਵੀ ਨਹੀਂ ਸੀ, ਮੈਂ ਫੋਨ ਆ ਗਿਆ ਸੀਗਾ ਇਸ ਬੋਲ ਇਸ ਜਗ੍ਹਾ ਕੋ ਦੇਖੋ। ਹੋ ਗਈ ਬਾਜ਼ਾਰ ਜਾਣ ਦੀ ਤਿਆਰੀ ਰੱਖ ਲਈ ਅੱਜ, ਤੇ ਬਾਜ਼ਾਰ ਲੈ ਕੇ ਜਾਂਦੇ ਆ, ਕੋ ਸੂਟ ਲੈ ਕੇ ਆਵਾਂਗੇ ਕੁਛ, ਠੀਕ ਹੈ? ਐਕਸਾਈਟਡ ਤਿਆਰ ਹੋਈਆਂ ਖੜੀਆਂ ਸਾਰੀਆਂ, ਸਾਰੀਆਂ ਨੇ ਹੈ ਕਿਰਤ ਵਾਸਤੇ ਤਾਂ ਡੋਰੇਮੋਨ ਵਾਲੀ ਲਾਈਟ ਵਾਲੀ ਹੈ ਨਾਲੇ, ਇਹਨੂੰ ਬੰਨ ਦੂੰਗੀ ਸ਼ਾਇਦ। ਚਲੋ ਤੁਸੀਂ ਸਿਲੈਕਟ ਕਰੋ ਫਿਰ। ਹਾਂ ਸਵੀ ਦੇਖ ਤੇਰੇ ਵਾਸਤੇ ਕਿਹੜੀ ਲਵਾਂ, ਆਣ ਕੋਈ ਭਾਵ ਨਹੀਂ ਦਿੱਤੀ ਜਾਂਦਾ ਮੈਨੂੰ। ਤੇਰੀ ਹਿੰਮਤ ਆ ਬਾਈ ਯਾਰ, ਕਿੱਥੋਂ ਲੈ ਕੇ ਚੱਕਿਆ ਤੂੰ ਇਹ? ਮੈਂ ਤਾਂ ਉਥੋਂ ਦੇਖਣ ਲੱਗ ਰਿਹਾ, ਮੈਂ ਹਾਂ ਯਾਰ ਬਾਈ ਯਾਰ ਕਿੱਦਾਂ ਚੱਕਿਆ ਬੋਲਾ ਪੰਪ ਤੋਂ ਲੈ ਕੇ। ਅੱਛਾ ਯਾਰ ਲੋ ਜੀ ਆ ਤਾਂ ਗਿਆ ਬਾਹਰ ਖੁੱਲਾ ਟੈਬ ਹੋ ਗਿਆ ਹੁਣ, ਕੁਛ ਹੋਰ ਰਹਿੰਦਾ? ਅੱਛਾ ਚਲੋ ਮਿਠਾਈ ਮੈਂ ਤਾਂ ਖਾਣੀ ਨਹੀਂ, ਕਿਹੜਾ ਕੁਛ ਆਖੇਗਾ ਹੁਣ, ਮਿਠਾਈ ਤਾਂ ਮਿਠਾਈ ਹੁੰਦੀ ਹੁਣ, ਹੋਰ ਕੀ ਖਾਊਂਗਾ। ਚਲੋ ਲੈਂਦੇ ਹਾਂ, ਜਾਮ ਵੀ ਬੜਾ ਲੱਗ ਗਿਆ ਦੇਖਿਓ,
ਹੁਣ ਅਸੀਂ ਕਿੱਥੋਂ ਨਿਕਲੀਏ, ਨਾ ਇੱਧਰੋਂ ਥਾਂ ਨਾ ਉੱਧਰੋਂ ਥਾਂ। ਚਲੋ ਕਿੱਥੇ ਨੇ ਮੂਵੀ ਨਹੀਂ ਪਏ, ਅੱਗੇ ਚਲੇ ਗਏ। ਇੱਥੇ ਹੀ ਹੈ ਨਾ ਸਵੀਟਸ ਵਾਲੇ, ਉਹ ਅੰਦਰ ਵੜ ਜਾਣਗੇ ਮੈਨੂੰ ਤਾਂ ਲੱਗਦਾ। ਗਏ ਅੰਦਰ, ਚਲੋ ਮੈਂ ਵੀ ਜਾਵਾਂ। ਹਾਂਜੀ ਉਹ ਤਾਂ ਅੰਦਰ ਗਏ, ਆਪਾਂ ਵੀ ਅੰਦਰ ਚਲਦੇ ਹਾਂ। ਮੰਮੀ ਮੰਮੀ ਸੈਲੀਬ੍ਰੇਸ਼ਨ, ਦੇਖੋ ਇੱਥੇ ਸਾਰਾ ਮੇਜ਼ ਭਰਿਆ ਹੋਇਆ ਤਾਂ। ਮੈਨੂੰ ਤਾਂ ਪਸੰਦ ਆ ਗਈ ਟੋਕਰੀ ਜੀ, ਪਰ ਨਹੀਂ ਲੈ ਸਕਦੇ ਕੀ? ਆ ਲੈਣੀ ਹੈ, ਆ ਨਹੀਂ ਦਵਾਉਣੀ ਕਿਸੇ ਨੇ। ਮੈਂ ਕੀ ਬੜੀ ਹੈ ਇਹ ਕੀ ਕੀਤਾ ਆਈ ਅੱਗੇ ਅੱਗੇ ਨੂੰ ਕਰਕੇ ਤਾਂ ਨਿੱਕੀ ਚੀਜ਼ ਵਾਲੀ ਹੈ ਕੋਈ ਚੀਜ਼। ਹੁਣ ਇੱਥੇ ਪਤਾ ਨਹੀਂ ਤਾਂ ਕੀ ਬਲੋਗਸ ਆ, ਮੈਂ ਇਹਨੂੰ ਲੈ ਕੇ ਦਿੱਤਾ ਸੀ ਛੋਟਾ ਜਿਹਾ, ਨੇੜੇ ਦਾ ਫੋਨ ਆ ਗਿਆ। ਅੱਛਾ ਇੰਨੇ ਗੱਡੀ 'ਚ ਦਵਾਈ ਸੀ, ਤੁਹਾਨੂੰ ਪਤਾ ਹੀ ਹੈ। ਚਲੋ ਸਭੀ ਖੇਲੋ ਖੇਲੋ ਖੇਲੋ। ਸਵਰਾਜ ਨੂੰ ਗੱਡੀ ਦਵਾ ਕੇ ਲਿਆਂਦੀ ਅੱਜ। ਚਲਾ ਕੇ ਵਿਖਾ, ਚਲਾ ਕੇ ਵਿਖਾ ਪੁੱਤੀ, ਚਲਾ ਕੇ ਵਿਖਾ। ਚਲਾਈ ਕਿਵੇਂ ਚਲਦੀ ਹੈ? ਥੱਲੇ ਥੱਲੇ ਇੱਥੇ ਚਲਾ ਬੈਡ ਤੇ। ਵੈਰੀ ਗੁੱਡ। ਕੀ ਹੋ ਗਿਆ, ਕੀ ਹੋ ਗਿਆ ਓਏ? ਕੀ ਚਲਾਣੇ ਬੇਟਾ? ਮੈਂ ਵੀਡੀਓ ਬਣਾਉਂਦਾ ਬਈ, ਤਾਂ ਕਰਕੇ ਇੱਧਰ ਵੇਖ ਮੇਰੀ ਗੱਲ ਸੁਣ। ਕੀ ਆ, ਕੀ ਗੱਲ ਆ? ਹੁਣ ਹੋਰ ਕੁਛ ਲਾਣਾ ਹੈ ਫਿਰ ਲਾ ਦਾਂਗੇ ਬੇਟਾ ਯਾਰ, ਪਿਆਰ ਨਾਲ ਕਹਿੰਦੇ ਫਿਰ ਗੁੱਸੇ ਕਿਉਂ ਹੋਈ ਜਾਂਦਾ? ਹੈਲੋ ਓਏ, ਹੈਲੋ ਕਿਵੇਂ ਦੱਸਿਆ ਮੈਂ? ਤੇਰਾ ਡੈਡੀ ਤੈਨੂੰ ਅੱਜ ਨਹੀਂ ਲੈਣ ਆਇਆ, ਸਵੇਰੇ ਆਵੇਗਾ, ਸਾਡਾ ਤਾਂ ਕੋਈ ਕਸੂਰ ਨਹੀਂ ਇਹਦੇ 'ਚ ਬਾਈ। ਅਸੀਂ ਥੋੜ੍ਹਾ ਰੋਕਿਆ ਨੂੰ ਲਾ ਦੇ, ਨਾ ਲਾ ਦਿਓ, ਲਾ ਦਿਓ ਬੇਟਾ, ਲਾ ਦਿਓ, ਲਾ ਦਿਓ ਰਿਮੋਟ ਲਿਆ, ਲਾ ਦੋ ਮੇਰੇ ਪੁੱਤੀ ਨੂੰ। ਕੀ ਆਖਦਾ? ਠੀਕ ਆ, ਨਾ ਰੋਣਾ ਨੀ ਬੇਟਾ, ਰੋਣਾ ਨੀ, ਹੱਸ ਕੇ ਵਿਖਾ ਦੇ, ਸਮਾਈਲ ਕਰ ਦੇ, ਸਮਾਈਲ ਕਰ ਦੇ, ਸਮਾਈਲ ਕਰ ਦੇ, ਉਹਨੇ ਲਾ ਦਾਂਗੇ ਕੀ ਲਾਣਾ, ਸਮਾਈਲ ਕਰੀ, ਹੱਸੀ ਦੇਖ, ਸਮਾਈਲ ਬਹੁਤ ਪਿਆਰੀ ਹੈ ਮੇਰੇ ਪੁੱਤ ਦੀ, ਹੱਸੀ ਸਮਾਈਲ ਕਰੀ, ਕਰ ਦੇ ਮਾਮੀ ਤੇਰਾ ਖੱਟੇ ਖੱਟਾ ਪੈਂਦਾ, ਵਿਖਾ ਦੇ, ਕਰੀ ਵਿਖਾ ਦੇ, ਓਏ ਇੱਧਰ ਤਾਂ ਵੇਖ, ਖੱਟਾ ਕਿੱਥੇ ਪੈਂਦਾ, ਹੱਸੀ ਹੱਸੀ ਹੈ, ਆ ਬੱਲੇ ਕੀ ਬਾਤ ਹੈ ਸੰਜੋਗ, ਛੋਟਾ ਤਾਂ ਤੁਸੀਂ ਮਾਮੂ ਘਰੇ ਰਹਿਣਾ। ਲਓ ਜੀ, ਪਹਿਲਾਂ ਕਹਿੰਦੇ ਦੁੱਧ ਖਾਓ ਖਾਓ ਤੇ ਜਵਾਕ ਵੱਡੇ ਹੋਣਗੇ, ਹੁਣ ਫੋਨ ਵਿਖਾਓ ਤੇ ਜਵਾਕ ਆਪੇ ਵੱਡੇ ਹੁੰਦੇ ਨੇ, ਇਹਨਾਂ ਦੀ ਖੁਰਾਕ ਹੀ ਹੋਇਆ ਹੈ। ਫੋਨ ਦੇ ਉਹ ਤਾਂ ਰੋਟੀ ਖਾ ਲੈਣੀ ਹੈ, ਨਾ ਦੇ ਉਹ ਤਾਂ ਕੁਛ ਨਹੀਂ, ਕੋਈ ਮਸਤ ਹੈ, ਕੋਈ ਪਰਵਾਹ ਨਹੀਂ ਹੈਗੀ ਵੀ ਕੀ ਹੁੰਦਾ ਵੀ ਕੀ ਨਹੀਂ। ਕੀ ਵੇਖੀਏ ਨਾ ਉਹ, ਆ ਲਓ ਆ ਲਓ, ਇਹ ਕੀ ਹੈ ਬੋਲ ਕੇ ਦੱਸ, ਕੀ ਹੈ ਇਹ? ਹੈਂ, ਕੀ ਹੈ? ਟ੍ਰੇਨ। ਇਹ ਕਿੱਥੇ ਜਾਂਦੀ ਹੈ? ਹੈਂ, ਕਿੱਥੇ ਜਾਂਦੀ ਟ੍ਰੇਨ? ਹਾਂਜੀ, ਆਪਣਾ ਖਾਣਾ ਪੀਣਾ ਆ ਚੁੱਕਿਆ ਅਤੇ ਕਾਫੀ ਰਾਤ ਵੀ ਹੋ ਗਈ ਹੈ। ਨਵਦੀਪ ਭਾਈ ਟਾਈਮ ਨਾਲ ਹੀ ਸੌਂ ਗਈ ਸੀ। ਚਲੋ ਆਪਾਂ ਇਸ ਵਲੋਗ ਨੂੰ ਕਰਦੇ ਐਂਡ, ਜੇ ਤੁਹਾਨੂੰ ਵਲੋਗ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਿਓ ਅਤੇ ਮਿਲਦੇ ਹਾਂ ਨੈਕਸਟ ਵਲੋਗ 'ਚ। ਬਾਏ।